Satguru Nal Pyar.
सजन मिले सजना संसार अंदर बेअंत मिलते ने, राजां दे भी मिलते ने, जिन्हां नूं असीं पछाणदे नहीं जानते नहीं। ते ओह लंघ जांदे ने, विछड़दे भी ओह ने, क्योंकि जिहड़ा हमेशा नाल ना रहे विछड़दे। ट्रेन ते बैठीए प्लेन ते बैठी है, विहार ली किसी दुकान ते जाइए, पता नहीं किन्ने क लोग विछड़ के मिलते हैं, उत्थे ही मिलते हैं, उत्थे ही विछड़ जाते हैं। साढ़े को उन्हां दी लिस्ट नहीं होती, ना उन्हां दे मिलाप दी कदी खुशी का इजहार होया, ना ही उन्हां दे विछोड़े दा कदी दुख महसूस कीता। पता नहीं किन्ने क मेरे जीवन विच किन्ने क विछड़े अपने अपने स्टेशन ते हर कोई उतर गया। की कारण है मिले ते विछड़े ओ भी ने, ਸਾਨੂੰ ਉਹਨਾਂ ਦੇ ਮਿਲਣ ਜਾਂ ਵਿਛੜਨ ਦਾ ਕੋਈ ਅਹਿਸਾਸ ਨਹੀਂ। ਕਿਉਂ? ਕਿਉਂਕਿ ਉਹਨਾਂ ਦੇ ਨਾਮ ਨਾਲ ਸੱਜਣ ਲਫ਼ਜ਼ ਨਹੀਂ ਜੁੜਿਆ। ਮਿਲਣਾ ਵਿਛੜਨਾ ਹੋਰ ਹੈ, ਤੇ ਕਿਸੇ ਸੱਜਣ ਦਾ ਮਿਲਣਾ ਵਿਛੜਨਾ ਹੋਰ ਹੈ। ਅਸੀਂ ਤਾਂ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਜੁੜ ਜੁੜ ਵਿਛੜੇ ਵਿਛੜ ਵਿਛੜ ਜੁੜੇ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋ। ਸੰਸਾਰ ਅੰਦਰ ਬੜੇ ਆਏ ਜਿਹੜੇ ਜੁੜੇ ਆਪਸ ਵਿੱਚ ਰਿਸ਼ਤੇ ਬਣ ਗਏ, ਉਹ ਵਿਛੜ ਵੀ ਗਏ, ਨਵੇਂ ਜੁੜ ਗਏ। ਦੁਨੀਆਂ ਅੰਦਰ
ਰਿਸ਼ਤੇ ਬਣਦੇ ਨੇ ਵਿਛੜਦੇ ਨੇ, ਪਰ ਨਾਲ ਨਾਲ ਇੱਕ ਐਸਾ ਸਿਸਟਮ ਬਣ ਗਿਆ ਰਿਸ਼ਤਿਆਂ ਦਾ ਸਮਾਜ ਵਿੱਚ ਜਿਹੜਾ ਕੰਟੀਨਿਊ ਬਦਲਵੇਂ ਰੂਪ ਵਿੱਚ ਚੱਲਦਾ ਰਹਿੰਦਾ ਹੈ। ਮਾਤਾ ਪਿਤਾ ਵਿਛੜੇ, ਪੁੱਤਰ ਧੀਆਂ ਜੁੜ ਗਏ, ਨੂੰਹਾਂ ਪੁੱਤਰ ਜੁੜ ਗਏ, ਕੋਈ ਵਿਛੜੇ ਕੋਈ ਜੁੜੇ। ਗੁਰੂ ਨੇ ਬਾਣੀ ਵਿੱਚ ਇਸ ਨੂੰ ਦੂਜੇ ਲਫ਼ਜ਼ਾਂ ਨੂੰ ਗੱਲ ਵਿੱਚ ਵੀ ਆਖਿਆ ਕਿ ਹਰ ਹਟ ਕੀ ਮਾਨਾ ਜੈਸੇ ਤਿਲ ਲਗਤ ਹੈ, ਇੱਕ ਸੁੱਖ ਨਹੀਂ ਇੱਕ ਫੇਰ ਵਰੀਅਤ ਹੈ। ਜਿਵੇਂ ਹਰ ਦੀਆਂ ਖੂਹ ਦੀਆਂ ਮਾਲ ਪੁਰਾਣੇ ਸਮੇਂ ਅੰਦਰ ਜਿਹੜੀਆਂ ਹੁੰਦੀਆਂ ਸੀ, ਅੱਜ ਕੱਲ੍ਹ ਦੇ ਪੁਰਾਤਨ ਖੂਹ ਰਹਿ ਨੇ, ਖੂਹ ਦੀਆਂ ਟਿੰਡਾਂ ਇੱਕ ਪਾਸਿਓਂ ਮਾਲ ਵਿੱਚੋਂ ਭਰ ਭਰ ਕੇ ਖੂਹ ਵਿੱਚੋਂ ਪਾਣੀ ਲਈ ਆਉਂਦੀਆਂ ਨੇ, ਮਾਲ ਦੀਆਂ ਟਿੰਡਾਂ ਪੜਛੇ ਵਿੱਚ ਉਲਟਾ ਕੇ ਦੂਜੇ ਪਾਸੋਂ ਤੁਰੀਆਂ ਜਾਂਦੀਆਂ। ਇੱਕ ਪਾਸੇ ਮਿਲਾਪ ਹੈ, ਦੂਜੇ ਪਾਸੇ ਵਿਛੋੜਾ ਹੈ। ਸੰਸਾਰ ਦੀ ਕਹਾਣੀ ਨੂੰ ਗੁਰਬਾਣੀ ਵਿੱਚੋਂ ਜਦੋਂ ਸਮਝਣਾ ਸ਼ੁਰੂ ਕਰਨਾ ਹੈਰਾਨ ਹੋ ਜਾਣਾ। ਕਹਿੰਦੇ ਨੇ ਜੁੜਨਾ ਤੇ ਵਿਛੜਨਾ ਸੰਸਾਰ ਦੀ ਕਾਰ ਹੈ, ਸੰਯੋਗ ਵਿਯੋਗ, ਸੰਯੋਗ ਕੀ ਹੈ ਮਿਲਣਾ, ਵਿਯੋਗ ਕੀ ਹੈ ਵਿਛੜਨਾ। ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਜਿਹੜੀ ਸੰਸਾਰ ਦੀ ਕਾਰ ਹੈ ਨਾ ਸਿਸਟਮ ਹੈ, ਇਹਨੂੰ ਸੰਯੋਗ ਤੇ ਵਿਯੋਗ ਚਲਾ ਰਹੇ ਨੇ। ਕੋਈ ਦੁਨੀਆ ਦਾ ਮਨੁੱਖ ਐਸਾ ਨਹੀਂ ਜਿਹੜਾ ਸੰਯੋਗ ਵਿਯੋਗ ਤੋਂ ਖਾਲੀ ਰਹਿ ਜਾਏ, ਅਛੋ ਰਹਿ ਜਾਏ, ਹਰ ਨਾਲ ਸੰਬੰਧ ਹੈ। ਪਰ ਭਲੇ ਉਹ ਜ਼ਰਾ ਸੋਚਣਾ, ਗੁਰਬਾਣੀ ਨੇ ਸਾਨੂੰ ਕਿੰਨਾ ਡੀਪ ਖਿਆਲ ਦੇ ਦਿੱਤਾ ਹੈ। ਜਿਹੜੇ ਮਿਲਾਪ ਵੀ ਐਸੇ ਨੇ ਜਿਹੜੇ ਸਾਡੀ ਗਿਣਤੀ ਵਿੱਚ ਹੀ ਨਹੀਂ, ਜਿਵੇਂ ਮੈਂ ਹੁਣੇ ਅਰਜ਼ ਕੀਤੀ ਸੀ, ਸਾਨੂੰ ਪਤਾ ਵੀ ਨਹੀਂ, ਚਿਤ ਚਿੰਤਾ ਵੀ ਨਹੀਂ, ਪਤਾ ਨਹੀਂ ਕਿੰਨੇ ਕੁ ਲੋਕ ਰੋਜ਼ ਮਿਲਦੇ ਨੇ ਤੇ ਕੋਈ ਅੱਧੇ ਘੰਟੇ ਬਾਅਦ ਕੋਈ 10 ਮਿੰਟ ਬਾਅਦ ਵਿਛੜ ਜਾਂਦਾ ਚਲੇ ਜਾਂਦਾ। ਸਾਡੀ ਗਿਣਤੀ ਨਾ ਉਹਨਾਂ ਦੇ ਮਿਲਾਪ ਦਾ ਸੁੱਖ ਹੈ ਨਾ ਉਹਨਾਂ ਦੇ ਵਿਛੋੜੇ ਦਾ ਦੁੱਖ ਹੈ। ਪਰ ਮਿਲਾਪ ਤੇ ਵਿਛੋੜਾ ਐਸਾ ਹੈ ਜਿਹਦੇ ਮਿਲਾਪ ਲਈ ਮਨੁੱਖ ਤਰਸਦਾ ਵੀ ਹੈ, ਤਰਸਦਾ ਵੀ ਹੈ, ਦੰਗਦਾ ਉਡੀਕਦਾ ਹੈ ਕਦੋਂ ਮਿਲੇ। ਤੇ ਜਿਹਦਾ ਵਿਛੋੜਾ ਵੇਖ ਕੇ ਤੜਪਦਾ ਵੀ ਹੈ, ਉਧਰ ਤਰਸਦਾ ਇੱਧਰ ਤੜਪਦਾ, ਮਿਲਾਪ ਲਈ ਤਰਸਦਾ ਹੈ ਵਿਛੋੜੇ ਲਈ ਤੜਪਦਾ ਹੈ, ਵਿਛੜਨਾ ਨਹੀਂ ਚਾਹੁੰਦਾ। ਕਹਿਣ ਲੱਗੇ ਉਹ ਕੀ ਕਾਰਨ ਹੈ, ਕਹਿਣ ਲੱਗੇ ਉਸ ਲਈ ਕਿਉਂਕਿ ਉਸ ਵਿਛੋੜੇ ਤੇ ਮਿਲਾਪ ਨਾਲ ਲਫ਼ਜ਼ ਸੱਜਣ ਜੋਗੇ ਹੈ, ਸੱਜਣਾ ਕੋਲੋਂ ਮਨੁੱਖ ਨਹੀਂ ਵਿਛੜਨਾ ਚਾਹੁੰਦਾ, ਸੱਜਣਾ ਨੂੰ ਹੀ ਮਿਲਣਾ ਚਾਹੁੰਦਾ। ਇਸ ਲਈ ਗੁਰਬਾਣੀ ਅੰਦਰ ਜਿੱਥੇ ਵੀ ਮਿਲਾਪ ਦਾ ਤਰਸ ਆਇਆ ਉੱਥੇ ਨਾਲ ਸੱਜਣ ਲਫ਼ਜ਼ ਆ ਗਿਆ। ਸੱਜਣ ਲਫ਼ਜ਼ ਦੁੱਖ ਹੈ, ਕਹਿਣ ਲੱਗੇ ਸੱਜਣ ਚੱਲੇ ਉੱਥੇ ਸੀ ਸੱਜਣ ਮਿਲੇ, ਆਓ ਸੱਜ
ਕਿਉਂਕਿ ਕੁਛ ਐਸੇ ਵੀ ਨੇ ਜਿਹੜੇ ਮਿਲਾਪ ਤੇ ਵਿਛੋੜੇ ਹਰ ਵਕਤ ਹੁੰਦੇ ਨੇ, ਸਾਨੂੰ ਪਤਾ ਹੀ ਨਹੀਂ ਹੁੰਦਾ, ਤੇ ਸੱਜਣਾਂ ਦੇ ਵੀ ਮਿਲਾਪ ਵਿਛੋੜੇ ਹੁੰਦੇ ਨੇ ਜਿਹਨਾਂ ਦਾ ਸਾਨੂੰ ਅਹਿਸਾਸ ਹੁੰਦਾ ਪਰ ਹੁਣ ਮਸਲਾ ਤਾਂ ਇਹ ਹੈ ਵੀ ਜੇ ਉਹ ਵਿਛੜਨ ਤੇ ਉਹਨਾਂ ਦਾ ਮਿਲਾਪ ਕਿਵੇਂ ਹੋਵੇ। ਗੁਰਬਾਣੀ ਦੀ ਮੰਜ਼ਿਲ ਤੋਂ ਸ਼ੁਰੂ ਹੋਈ ਹੈ, ਮਿਲਾਪ ਕਿਵੇਂ ਹੁੰਦਾ? ਆਪਾਂ ਵਿਛੜੇ ਹੋਏ ਸੱਜਣਾਂ ਨੂੰ ਜੇ ਅੱਖੀਏ ਸਾਨੂੰ ਮਿਲ ਜਾਣ, ਦੱਸੋ ਕਿਹੜਾ ਨਹੀਂ ਚਾਹੁੰਦਾ? ਦੁਨੀਆਂ ਦਾ ਕੋਈ ਮਨੁੱਖ ਐਸਾ ਨਹੀਂ ਜਿਸਦਾ ਕੋਈ ਨਹੀਂ ਗਿਆ, ਜਿਹਦਾ ਆਪਣਾ ਕੋਈ ਮਿੱਤਰ ਪਿਆਰਾ ਉਹਦੇ ਤੋਂ ਨਹੀਂ ਵਿਛੜੇ, ਉਹ ਚਾਹੁੰਦਾ ਵੀ ਮਿਲ ਪਾਉਂਦਾ। ਮੇਲਾ ਹੋਈ ਦਾ ਜਵਾਬ ਕੀ ਹੈ? ਕੋਈ ਮੈਨੂੰ ਐਸਾ ਸੰਸਾਰ ਦਾ ਮਨੁੱਖ ਹੱਥ ਖੜਾ ਕਰਕੇ ਆਖ ਸਕਦਾ ਮੈਂ ਮਿਲਣਾ ਚਾਹਿਆ ਤੇ ਮੈਂ ਮਿਲ ਗਿਆ, ਜਿਹੜੇ ਵਿਛੜੇ ਨੇ ਉਹਨਾਂ ਨੂੰ ਕੋਈ ਕਿਵੇਂ ਮਿਲਿਆ? ਐਵੇਂ ਹੋਣੀਆਂ ਕਹਾਣੀਆਂ ਜੋ ਮਰਜ਼ੀ ਕੋਈ ਕਰਾਈ ਦਾ ਵਿਛੜੇ ਸਾਰਿਆਂ ਦਾ ਕੋਈ ਨਾ ਕੋਈ ਵਿਛੜੇ, ਕਿੱਥੇ ਤੈਨੇ ਮਾਪਿਆਂ ਚ ਨਹੀਂ ਦੂਜਣੇ ਵਾਲੇ ਪਾਸੋਂ ਹੀ ਰਾਧੇ ਤੂੰ ਅਜੇ ਨਾ ਪਤੇ ਨੀ ਹਰ ਦਾ ਕੋਈ ਨਾ ਕੋਈ ਵਿਛੜੇ, ਹਰ ਕੋਈ ਚਾਹੁੰਦਾ ਮਿਲ ਜਾਣ, ਸੱਜਣ ਚਲੇ ਪਿਆ ਗਿਆ ਕਿਉਂ ਮਿਲਣਾ ਹੋ? ਤੇ ਫਿਰ ਕੋਈ ਕਹਿ ਸਕਦਾ ਕਿ ਮੈਂ ਮਿਲ ਪਿਆ, ਇਹਦਾ ਮਤਲਬ ਮਿਲਣਾ ਕੋਈ ਹੋਰ ਚੀਜ਼ ਸੀ ਜਿਹੜੀ ਅਸੀਂ ਨਹੀਂ ਸਮਝ ਸਕੇ। ਲਓ ਇੱਥੇ ਰੁਕਣਾ ਚਾਹੁੰਦਾ। ਗੁਰਮਤਿ ਦੇ ਖੇਤਰ ਵਿੱਚ ਅਸੀਂ ਬਹੁਤ ਪਛੜ ਗਏ ਹਾਂ, ਬਹੁਤ ਪਛੜ। ਹੁਣ ਅਗਲੀ ਤੁਕ ਅੰਦਰ ਕੇ ਜਵਾਬ ਹੈ, ਅਗਲੀ ਲਾਈਨ ਅੰਦਰ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ। ਜਵਾਬ ਜੇ ਸੋਚ ਰਹੇ ਹਾਂ ਕਿਸੇ ਨੂੰ ਪਤਾ ਨਹੀਂ। ਕੋਈ ਮਨੁੱਖ ਕਿੰਨਾ ਕੁ ਗੁਣਵਾਨ ਹੈ, ਕਿੰਨਾ ਕੁ ਔਗਣ ਆ ਰਿਹਾ ਹੈ, ਉਹਦੇ ਕਰਮ ਤਾਂ ਦੱਸਣਗੇ, ਉਹਦਾ ਅੰਦਰ ਉਹਦੀ ਲਿਸਟ ਨਹੀਂ। ਜੇ ਐਸਾ ਹੋਵੇ ਤਾਂ ਸੰਸਾਰ ਅੰਦਰ ਭੇਖਧਾਰੀ ਲੋਕ ਪੈਦਾ ਹੀ ਨਾ ਹੋਣ, ਦੁਨੀਆ ਨੂੰ ਪਤਾ ਲੱਗ ਜਾਏ ਗੁਨਾਹਗਾਰ ਨੇ। ਲੰਬੇ ਚੋਲਿਆਂ, ਚਿੱਟੇ ਕੱਪੜਿਆਂ ਵਿੱਚ, ਹੱਥ ਵਿੱਚ
ਫੜੇ ਹੋਏ ਗੜਬੇਰਾਂ ਦੇ ਗਲ ਵਿੱਚ ਪਾਈਆਂ ਹੋਈਆਂ ਮਾਲਾਂ ਉਹਨਾਂ ਦੇ ਥੱਲੇ ਔਗਣ ਛੁਪੇ ਹੋਏ ਨੇ ਔਗਣ ਤੇ ਗੁਣ ਦਿਸਦੇ ਥੋੜ੍ਹਾ ਉਹ ਦਿਲ ਵਿੱਚ ਤੇ ਦਿਲ ਵੀ ਦਿਸਦਾ ਨਹੀਂ ਦਿਲ ਵੀ ਨਹੀਂ ਦਿਸਦਾ ਇਹਦਾ ਮਤਲਬ ਮਿਲਾਪ ਦਾ ਤੇ ਵਿਛੋੜੇ ਦਾ ਸਾਧਨ ਜਿਹੜਾ ਹੈ ਉਹ ਦਿਸਣ ਵਾਲਾ ਨਹੀਂ ਤੇ ਜਿਹਦਾ ਮਿਲਾਪ ਹੋਣਾ ਹੈ ਤੇ ਜਿਹਦਾ ਵਿਛੋੜਾ ਹੋਣਾ ਹੈ ਉਹ ਵੀ ਦਿਸਣ ਵਾਲਾ ਨਹੀਂ ਮੈਂ ਇੱਕ ਵਾਰ ਅਰਜ਼ ਕੀਤੀ ਸੀ ਕੋਈ ਵਿਛੜ ਜਾਏ ਸਰੀਰ ਕਰਕੇ ਸਾਡੇ ਤੋਂ ਤੇ ਜੇ ਪੜ੍ਹਾ ਸਰੀਰ ਕਰਕੇ ਰਾਤ ਬਰਾਤੇ ਉਹ ਸਾਡੇ ਘਰ ਆ ਜਾਏ ਸਾਨੂੰ ਦਿਸ ਪਏ ਪ੍ਰਬੰਧ ਕਰੋਗੇ ਥੋੜੀ ਸੱਚਾਈ ਹੈ ਬੜਾ ਮਿੱਤਰ ਹੋ ਗਿਆ ਬੜਾ ਪਿਆਰਾ ਹੋ ਗਿਆ ਦਿਲ ਦੀ ਵਿਸ਼ਾਲਤਾ ਨਾਲ ਗੁਰਬਾਣੀ ਨੂੰ ਸਮਝੀ ਬੜਾ ਉਸਨੂੰ ਚਾਹੁੰਦੇ ਹੋਈ ਤੇ ਸਾਡੇ ਕੋਲੋਂ ਵਿਛੜ ਜਾਏ ਸਰੀਰ ਕਰਕੇ ਰਾਤ ਦੇ ਅੰਧੇਰੇ ਦਿਨ ਦੇ ਚੜ ਰਾਤ ਦਾ ਅੰਧੇਰਾ ਤਾਂ ਕਿਤੇ ਰਹਿ ਗਿਆ ਦਿਨ ਦੇ ਚੜਨ ਦੇ ਵਿੱਚ ਸਾਡੇ ਵਿਹੜੇ ਆ ਜਾਏ ਸਾਨੂੰ ਦਿਸ ਪੈ ਬਰਦਾਸ਼ਤ ਕਰੋ ਚੀਕਾਂ ਮਾਰ ਦਿਓ ਛੇਤੀ ਵਿਛੜ ਜਾਏ ਦਿਸੇ ਨਾ ਜਿਹਨੂੰ ਵੇਖਣ ਲਈ ਪੈਸੇ ਸਭ ਜਿਹਨੂੰ ਦੇਖਣ ਲਈ ਮਨ ਅੰਦਰ ਮਿਲਾਪ ਲਈ ਤੰਗ ਦੇ ਸਭ ਤੇ ਜੇ ਹੁਣ ਦਿਸ ਪਿਆ ਤੇ ਦੇਖਣਾ ਨਹੀਂ ਚਾਹੁੰਦੇ ਇਹਦਾ ਮਤਲਬ ਕੋਈ ਹੋਰ ਸੀ ਜਿਹਦੇ ਤੋਂ ਅਸੀਂ ਵਿਛੜੇ ਹਾਂ ਤੇ ਕੋਈ ਹੋਰ ਹੈ ਜਿਹਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਸਰੀਰ ਨਹੀਂ ਲੋ ਇੱਥੇ ਆ ਕੇ ਸਾਰੀ ਗੱਲ ਸਾਡੇ ਸਾਹਮਣੇ ਜਾਗਰਿਤ ਹੁੰਦੀ ਹੈ ਕਿ ਮਨੁੱਖ ਸਰੀਰ ਨਾਲ ਜੁੜ ਰਿਹਾ ਇਸ ਲਈ ਪਰੇਸ਼ਾਨ ਨਹੀਂ ਸਰੀਰ ਕਰਕੇ ਤਾਂ ਕਦੀ ਮਿਲਾਪ ਰਹਿਣਾ ਹੀ ਨਹੀਂ ਕਿਸੇ ਦਾ ਵੀ ਨਹੀਂ ਰਹਿਣਾ ਹਰ ਕਿਸੇ ਵਿਛੜਨਾ ਇਹਦਾ ਮਤਲਬ ਸਰੀਰ ਦਾ ਵਿਛੋੜਾ ਵਿਛੋੜਾ ਨਹੀਂ ਸਰੀਰ ਦਾ ਮਿਲਾਪ ਮਿਲਾਪ ਨਹੀਂ ਜੇ ਮੈਂ ਹੁਣੇ ਅਰਜ਼ ਕੀਤੀ ਸੀ ਜੇ ਸਰੀਰ ਦਾ ਮਿਲਾਪ ਹੀ ਮਿਲਾਪ ਹੋਵੇ ਤੇ ਜੇ ਵਿਛੜਿਆ ਹੋਇਆ ਮਿਲ ਜਾਏ ਸਾਨੂੰ ਅਸੀਂ ਕਿਉਂ ਪਰੇਸ਼ਾਨ ਹੋ ਜਾਂਦੇ ਕਿਉਂਕਿ ਸਰੀਰ ਨਹੀਂ ਦਿਸਣਾ ਚਾਹੀਦਾ ਸਰੀਰ ਦਾ ਵਿਛੋੜਾ ਵਿਛੋੜਾ ਨਹੀਂ ਤੇ ਗੁਰੂ ਨੇ ਇਹ ਗੱਲ ਬਦਲਵੇਂ ਰੂਪ ਵਿੱਚ ਪੇਸ਼ ਕਰ ਦਿੱਤੀ ਔਰ ਕਿੰਨੀ ਸਾਫ਼ ਗੋਈ ਨਾਲ ਪੇਸ਼ ਕੀਤੀ ਜਿਹੜੀ ਅਸੀਂ ਨਹੀਂ ਸਮਝ ਰਹੇ ਸੱਜਣ ਕੌਣ ਨੇ ਜਿਨ੍ਹਾਂ ਦਾ ਦਿਲ ਮਿਲਿਆ ਕਿਉਂਕਿ ਦਿਲ ਵਿੱਚ ਨੇ ਉਹ ਗੁਣ ਜਿਹੜੇ ਮਿਲਾਪ ਦਾ ਸਾਧਨ ਨੇ ਹੁਣੇ ਲਫ਼ਜ਼ ਆਏ ਸਨ ਜੇ ਗੁਣ ਹੋਣ ਸਾਜਣਾ ਮਿਲ ਸਾਂਝ ਕਰੀ ਜਾਏ ਜੇ ਗੁਣ ਹੋਣ ਜੇ ਗੁਣ ਹੋਣ ਗੰਠੜੀਆਂ ਮਿਲੇਗਾ ਸੋਈ ਗੁਣ ਜਿਹੜੇ ਨੇ ਦਿਲ ਵਿੱਚ ਨੇ ਤੇ ਉਹ ਗੁਣ ਦੇਣ ਵਾਲਾ ਮੇਰਾ ਸਤਿਗੁਰੂ ਹੈ ਸਤਿਗੁਰੂ ਬਿਨਾਂ ਗੁਣ ਸਤਿਗੁਰੂ ਦੀ ਸਾਡੀ ਸਾਨ ਗੁਣ ਹੀ ਤਾਂ ਲੈਣਾ ਗੁਰੂ ਕੋਲੋਂ ਗੁਣ ਹੀ ਤਾਂ ਲੈਣ ਹੋਰ ਦੀ ਸਾਡੀ ਸਾਨ ਕੋਈ ਨਹੀਂ ਕਹਿਣ ਲੱਗੇ ਇਸ ਲਈ ਮੈਂ ਤੁਹਾਨੂੰ ਇੱਕ ਗੱਲ ਤੇ ਯਕੀਨ ਦਿਵਾਉਣਾ ਚਾਹੁੰਦਾ ਜਿਹੜੇ ਗੁਰੂ ਦੇ ਗੁਣਾਂ ਨਾਲ ਜੁੜ ਗਏ ਨੇ ਗੁਰੂ ਦੇ ਗੁਣਾਂ ਕਰਕੇ ਜੁੜ ਗਏ ਨੇ ਵਿਸ਼ਵਾਸ ਕਰੋ ਉਹ ਸੱਜਣ ਨੇ ਸੱਜਣਾਂ ਦਾ ਜਨਮ ਕਿੱਥੋਂ ਹੁੰਦਾ ਉਸ ਦਿਨ ਵੀ ਮੈਂ ਗੱਲ ਕਹੀ ਸੀ ਕਿ ਕਿੱਡੀ ਅਜੀਬ ਗੱਲ ਹੈ ਗੁਰੂ ਅੰਮ੍ਰਿਤ ਦਾ ਬਾਟਾ ਤਿਆਰ ਕਰਦਾ ਉਹਦੇ ਵਿੱਚੋਂ ਜਨਮ ਲੈਂਦੇ ਨੇ ਜਨਮ ਲੈਣ ਵਾਲੇ ਪਿਆਰੇ ਹੋਣਦੇ ਨੇ ਦੁਸ਼ਮਣ ਨਹੀਂ ਹੋਣਦੇ ਕਿਉਂਕਿ ਗੁਰੂ ਦੇ ਅੰਮ੍ਰਿਤ ਵਿੱਚੋਂ ਪਿਆਰੇ ਜਨਮ ਲੈਂਦੇ ਨੇ ਹੁਣ ਬਾਟੇ ਵਿੱਚੋਂ ਤਾਂ ਮਨੁੱਖ ਨੇ ਥੋੜ੍ਹਾ ਜਨਮ ਲੈਣਾ ਸੋਚਿਓ ਗੁਰੂ ਨੇ ਤਾਂ ਜਾਂ ਕੋਈ ਕ੍ਰਿਸ਼ਮਾ ਦਿਖਾਇਆ ਹੀ ਨਹੀਂ ਕਿ ਬਾਟੇ ਵਿੱਚੋਂ ਮਨੁੱਖ ਜਨਮ ਲੈ ਲੈਣ ਗੁਰੂ ਨੇ ਕੋਈ ਇਸ ਕਿਸਮ ਦੀ ਕਰਾਮਾਤ ਕੋਈ ਇਸ ਕਿਸਮ ਦੀ ਕ੍ਰਿਸ਼ਮੇ ਨਹੀਂ ਦਿਖਾਏ ਜਿਹੜੇ
ਲੌਜਿਕਤਾ ਤੋਂ ਦੂਰ ਹੋਣ। ਇਹ ਨਹੀਂ ਕਿ ਭਾਈ ਦਇਆ ਸਿੰਘ ਉਸ ਬਾਟੇ ਵਿੱਚੋਂ ਤਿਆਰ ਪ੍ਰਗਟ ਹੋਇਆ, ਨਹੀਂ, ਸਰੀਰ ਕਰਕੇ ਉਸ ਵਿੱਚੋਂ ਪਿਆਰੇ ਨਹੀਂ ਪ੍ਰਗਟ ਹੋਏ, ਗੁਣਾ ਕਰਕੇ ਹੋਏ ਨੇ। ਬਸ ਗੱਲ ਤਾਂ ਉੱਥੇ ਆ ਗਈ, ਇਹਦਾ ਮਤਲਬ ਪਿਆਰ ਗੁਣਾ ਦਾ ਨਾਂ। ਜੇ ਬਾਟੇ ਵਿੱਚੋਂ ਪਿਆਰੇ ਪੈਦਾ ਹੋਏ ਨੇ, ਦੁਸ਼ਮਣ ਨਹੀਂ ਪੈਦਾ ਹੋਏ, ਤੇ ਸਰੀਰ ਕਰਕੇ ਤਾਂ ਹੋਏ ਨੇ, ਗੁਣਾ ਕਰਕੇ ਹੋਏ ਨੇ। ਗੁਰੂ ਨੇ ਸਰੀਰ ਤਾਂ ਬਦਲੇ ਹੀ ਨਹੀਂ, ਸੁਭਾਅ ਬਦਲੇ ਨੇ। ਮੈਂ ਇੱਕ ਵਾਰ ਕੀਤੀ ਸੀ ਗੁਰੂ ਬਾਬਾ ਕਬੀਰ ਜੀ ਦੇ ਸ਼ਬਦ ਦੀ, ਜਿਸ ਵਿੱਚ ਸੀ ਕਿ ਸੰਤਨ ਸੰਗ ਕਬੀਰਾ ਵਿਗੜੇ ਹੋ, ਸੋ ਕਬੀਰ ਰਾਮੇ ਹੋਏ ਨੇ ਬੜੇ, ਕਬੀਰ ਰੱਬ ਹੋ ਗਿਆ। ਹੁਣ ਕਬੀਰ ਦਾ ਕੋਈ ਮੈਰਿਜ ਕੀਤੀ ਸੀ, ਕੋਈ ਸ਼ਕਲ ਤਾਂ ਬਦਲੀ ਨੇ, ਨਾ ਉਹਦਾ ਆਕਾਰ ਬਦਲਿਆ, ਨਾ ਉਹਦਾ ਰੰਗ ਬਦਲਿਆ, ਬਦਲਿਆ ਕੀ ਸੁਭਾਅ, ਤੇ ਸੁਭਾਅ ਕੀ ਗੁਣ। ਇਹਦਾ ਮਤਲਬ ਇਹ ਹੋਇਆ ਕਿ ਗੁਰੂ ਦਾ ਰੱਬ ਦਾ ਸੱਜਣ ਹੋਣਾ, ਸੱਜਣਾਂ ਦਾ ਆਪਸ ਵਿੱਚ ਮਿਲ ਬੈਠਣਾ ਸੁਭਾਅ ਤੇ ਖੜਾ। ਦੁਨੀਆਂ ਅੰਦਰ ਸੁਭਾਅ ਹੀ ਮਨੁੱਖ ਦੇ ਦੁਸ਼ਮਣ ਹੁੰਦੇ ਨੇ ਬਣਾਉਂਦੇ ਨੇ, ਤੇ ਸੁਭਾਅ ਹੀ ਮਨੁੱਖ ਦੇ ਮਿੱਤਰ ਬਣਦੇ ਨੇ। ਗੁਰਬਾਣੀ ਦੀ ਤੁਕ ਆਈ ਸੀ, ਸੱਚ ਕਿੱਥੇ ਮਿਲੇਗਾ, ਜਿੰਨਾ ਅੰਦਰ ਸੱਚ ਕਿਵੇਂ ਆਏਗਾ। ਗੁਣ ਹੀ ਤਾਂ ਉਹਨੇ ਅਮਰਤ ਦੇ ਸਪਾਟੇ ਵਿੱਚ ਗੋਲ ਆਉਣੇ ਨੇ,
ਸਰੀਰ ਨੇ ਜਨਮ ਨਹੀਂ ਲੈਣਾ, ਨਾ ਪੰਜਾਂ ਪਿਆਰਿਆਂ ਨੇ ਜਨਮ ਲਿਆ ਹੈ, ਪੰਜਾਂ ਪਿਆਰਾਂ ਦਾ ਸੁਭਾਅ ਬਦਲਿਆ ਉਸ ਮਾਟੀ ਵਿੱਚੋਂ। ਗੁਰੂ ਨੇ ਬੜੀ ਇਹਦੇ ਗੱਲ ਕਰ ਕਹਿ ਦਿੱਤੀ, ਮੈਂ ਹੈਰਾਨ ਹੋਣਾ ਕਿੰਨੇ ਕਲਯੁੱਗ ਕੈਸਾ ਸਮਾਂ ਆਇਆ। ਗੁਰਬਾਣੀ ਦੀ ਲਾਈਨ ਹੈ ਬੜਾ ਸਿੱਧੇ ਜਲ ਪਸਨੇ ਹੁੰਦੇ ਚ ਸਪਸ਼ਟ ਪਸਨੇ। ਗੁਰੂ ਕਹਿੰਦੇ ਨੇ ਕਲਯੁੱਗ ਦਾ ਕੈਸਾ ਸਮਾਂ ਆਇਆ ਉਹਦੇ ਚ ਕੋਈ ਕਰਮ ਧਰਮ ਰਿਹਾ ਹੀ ਨਹੀਂ। ਜਿੰਨਾ ਕੁਝ ਹੋ ਰਿਹਾ ਹੈ ਇਹ ਕਰਮ ਧਰਮ ਨੇ, ਰਹਿਣ ਸੁਭਾਈਆਂ ਹੋ ਰਹੀਆਂ ਨੇ, ਥਾਂ ਥਾਂ ਜਗਰਾਤੇ ਹੋ ਰਹੇ ਨੇ, ਦੀਵਾਨ ਗੁਰਪੁਰਬ ਮਨਾਏ ਜਾ ਰਹੇ ਨੇ, ਨਗਰ ਕੀਰਤਨ ਹੋ ਰਹੇ ਨੇ, ਅੰਮ੍ਰਿਤ ਸੰਚਾਰ ਹੋ ਰਹੇ ਨੇ, ਅੰਮ੍ਰਿਤ ਪ੍ਰਚਾਰ ਹੋ ਰਹੇ ਨੇ। ਪਰ ਕੀ ਕਾਰਨ ਹੈ ਇਹ ਕਰਮ ਧਰਮ ਕਿਉਂ ਨੇ, ਕਰਮ ਧਰਮ ਕਿਉਂ ਨੇ? ਕਹਿੰਦੇ ਨੇ ਦੀ ਪਰਖ ਪਤਾ ਹੀ ਕਿਵੇਂ ਕਰਨੀ ਹੈ? ਗੁਰਬਾਣੀ ਦੀ ਲਾਈਨ ਹੈ, ਗੁਰੂ ਕਹਿਣ ਲੱਗੇ ਇਸ ਯੁੱਗ ਇਸ ਕਲ ਯੁੱਗ ਮੈਂ। ਕਹਿੰਦੇ ਨੇ ਕਲ ਯੁੱਗ ਦੀ ਨਿਸ਼ਾਨੀ ਕੀ ਕਿ ਕਲ ਯੁੱਗ ਆ ਗਿਆ ਹੈ। ਇਸ ਕਲ ਯੁੱਗ ਮੈਂ ਕਰਮ ਧਰਮ ਨਾ ਕੋਈ ਫੈਸਲਾ। ਕਲਯੁਗ ਮੈਂ ਕਰਮ ਧਰਮ ਨਾ ਕਰੋ, ਕੁਛ ਵੀ ਨਹੀਂ ਹੋ ਰਿਹਾ। ਕਿਉਂ? ਕਿਉਂ ਉਹਦੇ ਵਿੱਚੋਂ ਸੁਭਾਅ ਤਾਂ ਬਦਲ ਨਹੀਂ ਰਿਹਾ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਸੁਭਾਅ ਨਹੀਂ ਬਦਲ ਰਿਹਾ। ਨਾ ਉਹਦੇ ਚੋਂ ਸਾਨੂੰ ਸੱਚ ਮਿਲ ਰਿਹਾ ਹੈ, ਨਾ ਪਾਣੀ ਵਾਲੀ ਨਿਰਮਲਤਾ ਸ਼ੀਤਲਤਾ ਮਿਲ ਰਹੀ ਹੈ, ਨਾ ਬਾਟੇ ਵਾਲੀ ਗਹਿਰਾਈ ਮਿਲ ਰਹੀ ਹੈ, ਨਾ ਪਤਾਸਿਆਂ ਵਾਲੀ ਮਿਠਾਸ ਮਿਲ ਰਹੀ, ਕੁਛ ਵੀ ਤਾਂ ਨਹੀਂ ਹੋ ਰਿਹਾ। ਇਸ ਕਲ ਯੁੱਗ ਮੈਂ ਕਰਮ ਧਰਮ ਨਾ ਕੋਈ। ਕਹਿਣ ਲੱਗੀ ਕਿਉਂ ਕਲੀ ਕਾ ਜਨਮ ਬੈਠੇ। ਅਸੀਂ ਸਮਝਾਂਗੇ ਕਿੰਨੀ ਕਠੋਰ ਲੱਗ, ਬਿਲਕੁਲ ਨਹੀਂ ਸਮਝਾ। ਕਹਿਣ ਲੱਗੇ ਕਲੀ ਕਾ ਜਨਮ ਚੰਡਾਲ ਕੇ ਘਰ ਹੋਈ। ਗੁਰਬਾਣੀ ਦਾ ਲਫ਼ਜ਼ ਹੈ, ਗੁਰਬਾਣੀ ਦੀ। ਕਹਿਣ ਲੱਗੇ ਸਮਾਂ ਉਹ ਹੈ ਜਦੋਂ ਕਲਯੁਗ ਨੇ ਚੰਡਾਲ ਦੇ ਘਰ ਜਨਮ ਲੈ ਲਿਆ। ਹੁਣ ਚੰਡਾਲ ਲਫ਼ਜ਼ ਨੂੰ ਹੋ ਸਕਦਾ ਸਾਡੇ ਨਵੀਂ ਪਨੀਰੀ ਨਾਲ ਸਮਝ ਸਕੀ। ਮਸਾਨ ਭੂਮਿਕਾ ਵਿੱਚ ਇੱਕ ਮਨੁੱਖ ਜ਼ਿੰਮੇਵਾਰ ਹੁੰਦਾ ਹੈ, ਜਿਹੜਾ ਪ੍ਰਾਪਤ ਸਮੇਂ ਵਿੱਚ ਹੁੰਦਾ ਸੀ ਉਹ ਮਸਾਨ ਭੂਮਿਕਾ ਦਾ ਰੱਖਾ ਇੱਕ ਤਰ੍ਹਾਂ ਦਾ ਪਹਿਰੇਦਾਰ ਹੁੰਦਾ। ਉੱਥੇ ਕੋਈ ਸੰਸਕਾਰ ਵੀ ਉਹਦੇ ਕੋਲੋਂ ਪੁੱਛੇ ਬਿਨਾਂ ਉਹਦੀ ਮਰਜ਼ੀ ਬਿਨਾਂ ਨਹੀਂ ਕਰ ਸਕਦਾ। ਉੱਥੇ ਬੈਠ ਕੇ ਉਹ ਇੰਨਾ ਜੁੜ ਜਾਂਦਾ ਉਸ ਮਸਾਨ ਭੂਮਿਕਾ ਨਾਲ ਕਿ ਉੱਥੋਂ ਹੀ ਸਭ ਕੁਝ ਲੈਣ ਦਾ ਅਧਿਕਾਰੀ, ਜਿੱਥੇ ਜਿਹਨੂੰ ਕੋਈ ਚੀਜ਼ ਹੋਰ ਹੱਥ ਨਾ ਲਾਉਂਦਾ ਹੋਵੇ ਉਹ ਵੀ ਉਹ ਪ੍ਰਾਪਤ ਕਰਦੇ। ਅੱਜ ਵੀ ਤੁਸੀਂ ਜਾਓ ਉਹਨੂੰ ਚੰਡਾਲ ਰੱਖਦੇ ਸਨ, ਉਹਦਾ ਨਾਮ ਚੰਡਾਲ ਸੀ ਜਿਹੜਾ ਮਸਾਨ ਭੂਮਿਕਾ ਵਿੱਚ ਰਹਿੰਦਾ ਸੀ। ਉਹ ਮੌਤ ਤੋਂ ਇੰਨਾ ਬੇਖੌਫ ਹੋ ਜਾਂਦਾ ਸੀ, ਮੌਤ ਦਾ ਹਿੱਸਾ ਮੌਤ ਦਾ ਰੂਪ ਬਣ ਜਾਂਦਾ ਸੀ। ਉਹਨੂੰ ਡਰ ਹੀ ਨਹੀਂ ਸੀ ਆਉਂਦਾ, ਕੋਲ ਚਿਖਾ ਮਲ ਰਹੀਆਂ ਨੇ, ਕੋਲ ਬੱਚੇ ਖੇਡ ਰਹੇ ਨੇ ਹੁੰਦੇ। ਅੱਜ ਵੀ ਤੱਕ ਦੇਖੋ ਐਸੇ ਜਗ੍ਹਾ ਹੈ, ਕਈ ਵਾਰੀ ਤਾਂ ਉਹਨੂੰ ਅੱਗ ਬਾਲਣ ਦੀ ਲੋੜ ਪੈਂਦਾ, ਕੋਲ ਚਿਖਾ ਬਲ ਰਹੀ ਹੁੰਦੀ, ਕਹਿੰਦਾ ਬੱਚਿਆਂ ਨੂੰ ਜਾਂ ਉੱਥੋਂ ਅੱਗ ਲੈ ਆਓ, ਕਿਉਂਕਿ ਉਹਦੇ ਬਣਨ ਤੱਕ ਤਾਂ ਮੌਤ ਬਾਰੇ ਕੁਝ ਹੈ ਹੀ ਨਹੀਂ, ਮੌਤ ਹੀ ਉਹਦੇ ਜੀਵਨ ਦਾ ਹਿੱਸਾ ਬਣ ਗਈ। ਕਈ ਵਾਰੀ ਕੋਈ ਆਪਣੀ ਚੀਜ਼ ਗਰਮ ਕਰਨੀ ਹੁੰਦੀ ਬਲਦੀ ਹੋਈ ਚਿਖਾ ਦੇ ਸਾਈਡ ਤੇ ਬਹਿ ਕੇ ਕਰ ਲੈਂਦਾ, ਦੇਖਿਆ ਜਾ ਸਕਦਾ ਸੀ। ਤੁਸੀਂ ਦੇਖਦੇ ਹੋ ਅੱਜ ਵੀ
ਜਿਨ੍ਹਾਂ ਕੱਪੜਿਆਂ ਨੂੰ ਲਾਸ਼ ਦੇ ਕੱਪੜਿਆਂ ਨੂੰ ਸਰੀਰ ਦੇ ਕੱਪੜਿਆਂ ਨੂੰ ਮ੍ਰਿਤਕ ਸਰੀਰ ਦੇ ਕੱਪੜਿਆਂ ਨੂੰ ਕੋਈ ਦੂਜਾ ਹੱਥ ਨਾ ਲਾਉਂਦਾ ਹੋਵੇ ਜਦੋਂ ਤੁਸੀਂ ਸਰੀਰ ਨੂੰ ਮਸਾਨ ਭੂਮਿਕਾ ਵਿੱਚ ਲੈ ਕੇ ਜਾਂਦੇ ਹੋ ਉੱਥੇ ਉਹ ਸਾਰੇ ਕੱਪੜੇ ਲਾ ਕੇ ਉਹਨੂੰ ਦਿੰਦੇ ਹੋ ਵਿਚਾਰਾ ਤਰਸਦਾ ਹੁੰਦਾ ਮੈਨੂੰ ਦੇ ਜਾਣ ਹੁਣ ਵੀ ਹੈ ਉਹ ਕੱਪੜੇ ਖਰੀਦ ਜਾਂਦਾ ਫਰਦਾ ਵੀ ਤੁਸੀਂ ਅਸੀਂ ਕੋਲ ਨਾ ਵਰਤੀ ਉਹ ਵਰਤਦਾ ਕਿਉਂ ਕਿਉਂਕਿ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹਾਲਾਤ ਇਹ ਹੈ ਕਿ ਕਰਮ ਧਰਮ ਦੇ ਨਾਮ ਥੱਲੇ ਜਿਹੜੇ ਚਿਹਰੇ ਮੈਂ ਵੇਖਣਾ ਉਹ ਮੈਨੂੰ ਚੰਡਾਲ ਦਾ ਰੂਪ ਦਿਸਦੇ ਨੇ ਜਿਨ੍ਹਾਂ ਨੇ ਸੰਸਾਰ ਨੂੰ ਇੱਕ ਮੌਤ ਦਾ ਘਰ ਬਣਾ ਦਿੱਤਾ ਹੈ ਕੌੜੀ ਸੋਚਾਈ ਮੈਂ ਕਹਿਣਾ ਤੂੰ ਕਦੀ ਸੁਣੋ ਸੰਸਾਰ ਨੂੰ ਮੌਤ ਦਾ ਘਰ ਬਣਾ ਦਿੱਤਾ ਦੁਨੀਆਂ ਬਹਿਸ਼ਤ ਹੋਣੀ ਚਾਹੀਦੀ ਸੀ ਦੁਨੀਆਂ ਖੇੜਾ ਹੋਣੀ ਚਾਹੀਦੀ ਸੀ ਦੁਨੀਆਂ ਖੁਸ਼ੀ ਹੋਣੀ ਚਾਹੀਦੀ ਸੀ ਪਰ ਅੱਜ ਜਿੰਨੀਆਂ ਲੜਾਈਆਂ ਨੇ ਉਹ ਕਰਮ ਧਰਮ ਦੇ ਨਾਮ ਥੱਲੇ ਨੇ ਧਰਮ ਕਰਕੇ ਲੜਾਈ ਹੈ ਜਿੰਨੀਆਂ ਹੋ ਰਹੀਆਂ ਨੇ ਅੰਮ੍ਰਿਤ ਦੇ ਬਾਟੇ ਵਿੱਚੋਂ ਸਵਾਹ ਲੈ ਕੇ ਨਹੀਂ ਨਿਕਲੇ ਸਹੀ ਡਾਂਗਾਂ ਚੁੱਕੀ ਫਿਰਦੇ ਨੇ ਇੱਕ ਦੂਜੇ ਤੇ ਕੱਲ ਇੱਕ ਪੋਸਟ ਪਾਈ ਸੀ ਉਹਦੇ ਚ ਲਿਖਿਆ ਹੋਇਆ ਮੈਂ ਕਿਹਾ ਭਰੇ ਹੋ ਦੂਜਿਆਂ ਕੋਲੋਂ ਮੰਗਦੇ ਹੋ ਕਿ ਸੰਸਾਰ ਵਿੱਚ ਸਾਨੂੰ ਧਾਰਮਿਕ ਆਜ਼ਾਦੀ ਮਿਲੇ ਅੱਜ ਸਰਕਾਰ ਨਾਲ ਭਾਵੇਂ ਖਾਲਿਸਤਾਨ ਦੇ ਨਾਮ ਥੱਲੇ ਤੇ ਭਾਵੇਂ ਹੋਰ ਕਿਸੇ ਨਾਮ ਥੱਲੇ ਆਖਿਰ ਧਾਰਮਿਕ ਆਜ਼ਾਦੀ ਚਾਹੁੰਦੇ ਹੋ ਦੂਜਿਆਂ ਕੋਲੋਂ ਧਾਰਮਿਕ ਆਜ਼ਾਦੀ ਮੰਗਦੇ ਹੋ ਆਪ ਤੁਸੀਂ ਕਿਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਨ ਦਿੰਦੇ ਕਿ ਤੂੰ ਸਾਡੀ ਮਰਜ਼ੀ ਨਾਲ ਜੋ ਅਸੀਂ ਚਾਹੁੰਦੇ ਹਾਂ ਉਹ ਕਰ ਤੁਹਾਡੀ ਮਰਜ਼ੀ ਹੋਵੇ ਤੁਸੀਂ ਜਿੱਥੇ ਮਰਜ਼ੀ ਆਪਣਾ ਬਾਣਾ ਬਦਲ ਲਓ ਆਪਣੀਆਂ ਤਲਵਾਰਾਂ ਬਦਲ ਲਓ ਦੂਜੇ ਤੇ ਪਾਬੰਦੀ ਹੈ ਆਖਰ ਕਿਉਂ ਇਹ ਸਾਰਾ ਟਕਰਾਓ ਜਿਹੜਾ ਇੱਕ ਛੋਟੀ ਜਿਹੀ ਕੌਮ ਵਿੱਚ ਹੈ ਕਿਉਂ ਕਿਉਂਕਿ ਕਲੀ ਕਜਾ ਨੂੰ ਚੰਡਾਲ ਕੇ ਕਰ ਹੋਈ ਅਸੀਂ ਮੌਤ ਦੇ ਫਰਿਸ਼ਤੇ ਬਣ ਗਏ ਮੌਤ ਦਾ ਰੂਪ ਬਣ ਗਿਆ ਦੇ ਸ਼ਿਵਾ ਪਰ ਮੋਏ ਹੈ ਪੜ ਪੜ ਕੇ ਕੇਵਲ ਮੌਤ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਅਸੀਂ ਜਿੰਨੀਆਂ ਤਲਵਾਰਾਂ ਦਿਖਾਉਂਦੇ ਹਾਂ ਕਿਸੇ ਟੀਵੀ ਚੈਨਲ ਤੇ ਜਾਂ ਕਿਸੇ ਦਾ ਜਿੰਨੀਆਂ ਤਲਵਾਰਾਂ ਅਸੀਂ ਦਿਖਾਉਂਦੇ ਹਾਂ ਅਸੀਂ ਤਾਂ ਤਲਵਾਰਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਸ਼ਸਤਰ ਅਣਖ ਦਾ ਹਿੱਸਾ ਨੇ ਮੈਂ ਨਹੀਂ ਕਹਿੰਦਾ ਨਹੀਂ ਰੱਖਣੇ ਸਾਡਾ ਜ਼ਿੰਦਗੀ ਦਾ ਪਰ ਸਾਡੀ ਲੋੜ ਹੈ ਸਾਡੀ ਪੂਜਾ ਨਹੀਂ ਸਾਡੀ ਜ਼ਰੂਰਤ ਹੈ ਸਾਡਾ ਗੁਰੂ ਨਹੀਂ ਹਰ ਜ਼ਰੂਰਤ ਦੀ ਚੀਜ਼ ਗੁਰੂ ਨਹੀਂ ਹੁੰਦੀ ਜ਼ਰੂਰਤ ਤਾਂ ਮਨੁੱਖ ਦੇ ਜੀਵਨ ਨਾਲ ਬੜੀਆਂ ਜੁੜੀਆਂ ਹੋਈਆਂ ਨੇ ਪੈਰ ਦੀ ਜੁੱਤੀ ਵੀ ਸਾਡੀ ਜ਼ਰੂਰਤ ਹੈ ਪਰ ਉਹਨੂੰ ਮੱਥਾ ਕਦੇ ਨਹੀਂ ਟੇਕਿਆ ਹਰ ਜ਼ਰੂਰਤ ਜਿਹੜੀ ਹੈ ਉਹ ਪੂਜਾ ਨਹੀਂ ਹੁੰਦੀ ਪਰ ਅਸੀਂ ਪੂਜਾ ਸ਼ੁਰੂ ਕਰ ਲਈ ਦੇਖਾ ਵਾ ਜ਼ਿਆਦਾ ਮੁਜ਼ਾਹਰਾ ਸਾਡਾ ਤਲਵਾਰਾਂ ਤੇ ਹੋ ਗਿਆ ਸ਼ਸਤਰਾਂ ਤੇ ਹੋ ਗਿਆ ਮੈਂ ਅਰਜ਼ ਕੀਤੀ ਸੀ ਇਹੋ ਕਾਰਨ ਹੈ ਅੱਜ ਜਿੰਨੇ ਤਖ਼ਤ ਨੇ ਉਹਨਾਂ ਤਖ਼ਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਵਾਜ਼ਿਓਂ ਬਾਹਰ ਹੈ ਜਾਂ ਅੱਜ ਵੀ ਦੇਖ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਵਾਜ਼ਿਓਂ ਬਾਹਰ ਹੈ ਜਿਹੜਾ ਮੇਨ ਸਥਾਨ ਹੈ ਉੱਥੇ ਸ਼ਸਤਰ ਰੱਖ ਕੇ ਨਮਸਕਾਰ ਹੁੰਦੀ ਹੈ ਇਹਦੇ ਹਾਲਾਤਾਂ ਵਿੱਚ ਪੜਾ ਸੋਚਿਓ ਸਾਡਾ ਜਨਮ ਉਹੋ ਹੀ ਨਹੀਂ ਹੋ ਗਿਆ ਜਿਵੇਂ ਗੁਰੂ ਸਾਹਿਬ ਨੇ ਆਖਿਆ ਕਲੀ ਕਾ ਜਨਮ ਚੰਡਾਲ ਕੇ ਘਰ ਹੋਈ ਜਿੱਥੇ ਹਰ ਪਾਸੇ ਮੌਤ ਦਾ ਮੌਤ ਹੀ ਬਹੁਤ ਦਾ ਸਾਇਆ ਸਿੱਖ ਹਰ ਸਿੱਖ ਕੋਲੋਂ ਡਰੀ ਜਾਂਦਾ ਅੱਜ ਸਿੱਖ ਨੂੰ ਸਿੱਖ ਕੋਲੋਂ ਡਰ ਹੁੰਦਾ ਹੈ ਜ਼ਿਆਦਾ ਹੁੰਦਾ ਹੈ ਉਹਦਾ ਕਾਰਨ ਕੀ ਹੈ ਕਲੀ ਕਾ ਜਨਮ ਚੰਡਾਲ ਕੇ ਘਰ ਹੋਈ ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ ਹੁਣ ਸੋਚੋ ਇਹੋ ਜਿਹੇ ਹਾਲਾਤਾਂ ਵਿੱਚੋਂ ਸੱਜਣ ਕਿਵੇਂ ਪੈਦਾ ਹੋਣ ਇਹਨਾਂ ਹਾਲਾਤਾਂ ਵਿੱਚੋਂ ਪਿਆਰੇ ਕਿਵੇਂ ਪੈਦਾ ਹੋਣ ਪੁਰਾਣੀ ਗੱਲ ਨਹੀਂ ਕਰਦਾ ਕੱਲ ਤੁਸੀਂ ਦੇਖ ਲਿਓ ਬੇਸ਼ੱਕ ਅਜੇ ਤੱਕ ਵੀ ਪਈ ਹੋਈ ਹੈ ਵੈਬਸਾਈਟ ਤੇ ਬਲਜੀਤ ਸਿੰਘ ਨਾਮ ਦਾ ਸਿੰਘ ਹੈ ਬੜਾ ਸੋਹਣਾ ਬੜਾ ਅੱਛਾ ਨੌਜਵਾਨ ਬੁਲਾਰਾ ਹੈ ਪ੍ਰਚਾਰਕ ਉਹ ਗੁਰਮਤ ਦੀਆਂ ਕੁਝ ਸੱਚੀਆਂ ਸੁੱਚੀਆਂ ਗੱਲਾਂ
ਬੜੀਆਂ ਸਪਸ਼ਟ ਹੋ ਕੇ ਕਹਿਣ ਦਾ ਆਦੀ ਗੁਰੂ ਕਿਰਪਾ ਕਰੀਏ ਵੀ ਸਮਰੱਥਾ ਸਾਰਿਆਂ ਨੂੰ ਦੇਵੇ ਕੋਈ ਸੱਚ ਕਹਿ ਸਕੇ। ਪਰ ਜਿਹਨਾਂ ਨੂੰ ਹਜ਼ਮ ਨਹੀਂ ਹੋਇਆ, ਸੁਣੀਆਂ ਨਹੀਂ ਜਾਂਦੀਆਂ ਉਹ ਗੱਲਾਂ ਉਹ ਕਹਾਣੀ ਅੱਜ ਵੀ ਸੁਣ ਸਕਦੇ ਹੋ ਤੁਸੀਂ ਜਾ ਕੇ ਫੇਸਬੁੱਕ 'ਤੇ, ਤੁਹਾਡੇ ਕੋਲ ਅੱਜ ਮੌਜੂਦ ਹੈ। ਕਿਸੇ ਜਰਮਨੀ ਦੇ ਰਹਿਣ ਵਾਲੇ ਆਪਣੇ ਆਪ ਨੂੰ ਬੜਾ ਮਹਾਨ ਸਿੱਖ ਅੰਮ੍ਰਿਤਧਾਰੀ ਸਿੱਖ ਅਖਵਾਉਣ ਵਾਲੇ ਬੰਦੇ ਨੇ ਉਹਨੂੰ ਗਾਲਾਂ ਕੱਢਣੀਆਂ ਫੋਨ 'ਤੇ ਸ਼ੁਰੂ ਕੀਤੀਆਂ, ਔਰ ਉਹ ਗਾਲਾਂ ਜਿਹੜੀਆਂ ਅਸੀਂ ਆਪਣੇ ਆਪ ਵਿੱਚ ਸੁਣ ਕੇ ਬਰਦਾਸ਼ਤ ਨਹੀਂ ਕਰ ਸਕਦੇ। ਉਹ ਵਿਚਾਰਾ ਅੱਗੋਂ ਇਹ ਹੀ ਕਹੀ ਜਾਂਦਾ, ਉਹ ਵੀਰਾ ਇਹ ਤੂੰ ਗਾਲਾਂ ਕਹਿੰਦੇ ਕੋਲੋਂ, ਤੇਰਾ ਗੁਰੂ ਕੌਣ ਹੈ ਜਿਹਨੇ ਤੈਨੂੰ ਇਹ ਗਾਲਾਂ ਸਿਖਾਈਆਂ? ਮੇਰਾ ਗੁਰੂ ਤਾਂ ਇਹ ਜੀ ਗੱਲ ਕਦੀ ਨਹੀਂ ਕੱਢਦਾ, ਪਰ ਸੁਣ ਸਕਦੇ ਹੋ, ਅੱਜ ਵੀ ਸੁਣ ਸਕਦੇ। ਉਹ 10 ਮਿੰਟ ਦੀ ਕਰੀਬ ਕਰੀਬ ਟੇਪ ਹੈ ਜਿਹਦੇ ਵਿੱਚ ਉਹ ਪੈੜੀਆਂ ਤੋਂ ਪੈੜੀਆਂ ਗਾਲਾਂ ਉਹਨੂੰ ਕੱਢੀ ਜਾਂਦਾ। ਉਹ ਕਹਿੰਦਾ ਵੀਰਾ ਮੈਨੂੰ ਇਹ ਨਹੀਂ ਦੱਸ ਦੇ, ਮੇਰਾ ਇੱਕੋ ਹੀ ਸਵਾਲ ਦਾ ਜਵਾਬ ਦੇ ਦੇ, ਤੇਰਾ ਗੁਰੂ ਕੌਣ ਹੈ? ਮੇਰਾ ਗੁਰੂ ਤਾਂ ਇਹੋ ਜਿਹੀਆਂ ਗਾਲਾਂ ਕੱਢਣ ਵਾਲਾ ਨਹੀਂ। ਸੋ ਭਲੇ ਹੋ ਸੱਜਣ ਕਿਵੇਂ ਪੈਦਾ ਹੁੰਦੇ ਨੇ, ਇਹਨਾਂ ਦਾ ਫੈਸਲਾ ਗੁਰਬਾਣੀ ਕਰਦੀ ਹੈ, ਅਤੇ ਸੱਜਣਾਂ ਦੇ ਹੀ ਮਿਲਾਪ ਹੁੰਦੇ ਨੇ ਇਹਦਾ ਫੈਸਲਾ ਵੀ ਗੁਰਬਾਣੀ ਕਰਦੀ ਹੈ। ਜੇ ਜਿਹੜੇ ਇੱਥੇ ਸੱਜਣਤਾ ਨਾ ਹੋਵੇ, ਜਿੱਥੇ ਚੰਗਾਰ ਬਿਰਤੀ ਹੋਵੇ, ਜਿੱਥੇ ਕਸਾਈ ਬਿਰਤੀ ਹੋਵੇ, ਉਹਨਾਂ ਦੇ ਨਾਲ ਕੋਈ ਮਿਲਣਾ ਨਹੀਂ ਚਾਹੁੰਦਾ, ਬਲਕਿ ਗੁਰਬਾਣੀ ਨੂੰ ਅੱਜ ਦੇ ਸ਼ਬਦ ਮੁਤਾਬਕ ਵੀ ਆਖਰੀ ਲਾਈਨ ਵਿੱਚ ਇਹ ਫੈਸਲਾ ਦੇਣਾ ਪੈਂਦਾ, ਕਹਿੰਦਾ ਫੈਸਲਾ ਵੀ ਚੰਗਾ ਨਹੀਂ ਲੱਗਦਾ ਤੇ ਤੁਹਾਨੂੰ ਛੁੱਟੀ ਹੈ, ਜੋ ਮਰਜ਼ੀ ਪੜੀ ਜਾਓ, ਪਰ ਸਾਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦਿਓ। ਇੱਥੇ ਪ੍ਰੈਸ਼ਰ ਦਬਾਅ ਕੋਈ ਧਮਕੀ ਦੇ ਕੇ ਸਾਨੂੰ ਜੇ ਤੁਸੀਂ ਚਾਹੋ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਕਿਸੇ ਹੋਰ ਚੀਜ਼ ਨੂੰ ਜ਼ਿਆਦਾ ਸਮਝੀਏ, ਅੱਗੇ ਸਮਝੀਏ, ਸਾਡੇ ਵੱਸ ਦੀ ਗੱਲ ਨਹੀਂ। ਮੈਂ ਗੱਲ ਸਪਸ਼ਟ ਕਰਨਾ ਚਾਹੁੰਦਾ, ਇਸ ਅਸਥਾਨ ਤੇ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੀ ਮਾਨਤਾ ਹੈ। ਮੈਂ ਤੁਹਾਡੇ ਸਾਹਮਣੇ ਜੋ ਹੋਇਆ ਇਹ ਵੀ ਨਹੀਂ ਮੈਂ ਕਹਿੰਦਾ ਵੀ ਅੱਖਾਂ ਬੰਦ ਕਰਕੇ ਚੱਲੀਏ, ਛਾਕੀਏ, ਮਜਬੂਰੀ ਇਹੋ ਹੈ। ਹਰ ਸੱਜਣ ਕੋਲ, ਹਰ ਵੀਰ ਕੋਲ, ਭੈਣ ਕੋਲ ਇੰਨਾ ਟਾਈਮ ਨਹੀਂ ਕਿ ਉਹ ਸਟੱਡੀ ਕਰਕੇ, ਖੋਜ ਕਰਕੇ ਸਾਹਮਣੇ ਆ ਕੇ ਦੇਖ ਸਕਣ ਵੀ ਕੀ ਹੋਇਆ, ਕਦੋਂ ਹੋਇਆ,
ਜਾਣ ਲੱਗਿਆ ਜਿਹੜੇ ਪੰਜਾਬੀ ਪੜ੍ਹੇ ਹੋਏ ਨੇ ਵੀਰ ਭੈਣਾਂ ਇੱਕ ਇੱਕ ਪਰਚਾ ਲੈ ਜਾਇਓ ਥੋੜ੍ਹਾ ਜਿਹਾ ਮੈਂ ਇਹਦੇ 'ਚ ਵਾਕਫ ਫੀਸ ਮਾਮੂਲੀ ਜੀ ਦਿੱਤੀ ਹੈ ਜ਼ਰੂਰ ਦੇਖ ਲਿਓ ਬਾਕੀ ਜੇ ਸਮਾਂ ਹੋਵੇ ਤਾਂ ਮੈਂ ਇਹ ਵੀ ਚਾਹੁੰਦਾ ਕਮ ਸੇ ਕਮ ਜਿਹੜੀਆਂ ਚੀਜ਼ਾਂ ਸਾਡੇ ਪੱਲੇ ਪਈਆਂ ਕਦੋਂ ਪਈਆਂ ਉਹ ਇਹਦੇ ਵਿੱਚ ਹੈ ਅਤੇ ਜਿਹੜੀਆਂ ਪਈਆਂ ਉਹਨਾਂ ਕਿਵੇਂ ਪਾਈਆਂ ਗਈਆਂ ਉਹ ਚੀਜ਼ ਮੈਂ ਚਾਹੁੰਦਾ ਤੁਹਾਨੂੰ ਮੈਂ ਸਕਰੀਨ 'ਤੇ ਦਿਖਾ ਦਿਆਂ ਤਾਂ ਕਿ ਸੱਚਾਈ ਤੁਹਾਡੇ ਸਾਹਮਣੇ ਆਵੇ ਜੇ ਹੋਵੇ ਟਾਈਮ ਅਤੇ ਦਸ ਕੁ ਮਿੰਟ ਬਾਅਦ ਵਿੱਚ ਦੇ ਦਿਓ ਜੇ ਬੱਚਾ ਤੁਹਾਨੂੰ ਸਕਰੀਨ 'ਤੇ ਸਾਰੀ ਚੀਜ਼ ਦਿਖਾ ਦੇਵੇਗਾ ਕਿ ਕਿਸ ਕਿਸ ਤਰ੍ਹਾਂ ਸਾਡੇ ਨਾਲ ਧੋਖਾ ਹੋਇਆ ਉਹਨਾਂ ਦੇ ਗੁਟਕੇ ਅਤੇ ਉਹਨਾਂ ਵੱਲੋਂ ਛਪੀਆਂ ਹੋਈਆਂ ਰਹਿਤ ਮਰਿਆਦਾ ਵੀ ਨਾਲ ਨੇ ਮੈਂ ਚਾਹੁੰਦਾ ਦੋਨੋਂ ਚੀਜ਼ਾਂ ਤੁਸੀਂ ਦੇਖ ਲਓ ਸਿਰਫ ਇਹ ਨਹੀਂ ਕਿ ਮੇਰੇ ਆਖਿਆ ਹੀ ਮੰਨੋ ਤੁਹਾਡੇ ਸਾਹਮਣੇ ਸਭ ਚੀਜ਼ ਆ ਜਾਏ ਮੈਂ ਤਾਂ ਸਿਰਫ ਆਪਣੇ ਵੱਲੋਂ ਇੰਨੀ ਬੇਨਤੀ ਕਰ ਸਕਦਾ ਪਰ ਲੋਕ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਉਹਦੀ ਆਪਣੀ ਮਰਜ਼ੀ 'ਤੇ ਨਿਰਭਰ ਹੈ ਪਰ ਮੈਂ ਉਹਨਾਂ ਚੀਜ਼ਾਂ ਨੂੰ ਮਨ ਤਨ ਨਹੀਂ ਦੇ ਸਕਦਾ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਫੈਸਲੇ ਅਤੇ ਇਸ ਸਿਧਾਂਤ ਨੂੰ ਤੋੜ ਮਰੋੜ ਕੇ ਧੋਖੇ ਨਾਲ ਕੌਮ ਦੀ ਝੋਲੀ ਕਿਉਂ ਪਾਈਆਂ ਗਈਆਂ ਇਹ ਸਮਝਣਾ ਕਿਉਂ ਪਾਈਆਂ ਗਈਆਂ ਕਿਉਂਕਿ ਜ਼ੋਰ ਲੱਗਾ ਹੋਇਆ ਸੀ 500 ਵਰੇ ਤੋਂ 550 ਵਰੇ ਤੋਂ ਇਹ ਹੋਏ ਕਿ ਕਿਸੇ ਤਰ੍ਹਾਂ ਸਿੱਖ ਨੂੰ ਅਸੀਂ ਇਹ ਸਾਬਤ ਕਰ ਸਕੀਏ ਕਿ ਤੂੰ ਹਿੰਦੂ ਹੀ ਹੈ ਤੂੰ ਬ੍ਰਹਮਨਿਜ਼ਮ ਦੇ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦਾ ਔਰ ਨਹੀਂ ਨਿਕਲੇ ਹੁਣ ਤੱਕ ਵੀ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਉਵੇਂ ਹੀ ਮਾਨਤਾ ਦੇਈ ਜਾਂਦੇ ਜਨਮ ਤੋਂ ਲੈ ਕੇ ਮੌਤ ਤੱਕ ਇੱਥੇ ਆਪਣੇ ਵੀਰ ਪਿਛਲੇ ਦਿਨਾਂ 'ਚ ਗੁਜ਼ਰੇ ਨੇ ਸ਼ੁਰੂ ਆਖਿਆ ਉਹਨਾਂ ਦਾ ਪਰਿਵਾਰ 2-3 ਦਿਨ ਹੋਏ ਘਰ ਆਇਆ ਉਹਨਾਂ ਨੂੰ ਕਿਸੇ ਨੇ ਵਹਿਮ ਪਾ ਦਿੱਤਾ ਜੀ 13 ਦਿਨ ਦੇ ਅੰਦਰ ਅੰਦਰ ਤੁਸੀਂ ਜਿਹੜੇ ਫੁੱਲ ਨੇ ਉਹ ਜਲ ਪ੍ਰਵਾਹ ਕਰਨੇ ਉਹ ਵਿਚਾਰੇ ਇੰਡੀਆ ਕਰਨੇ ਵੀ ਹੈ ਇੰਡੀਆ ਜਾ ਕੇ 13 ਦਿਨ ਦੇ ਅੰਦਰ ਅੰਦਰ ਮਜਬੂਰੀ ਵਿਚਾਰੇ ਹੋਰ ਪਰੇਸ਼ਾਨ ਵੀ ਅਸੀਂ 13 ਦਿਨ ਜਾਂ ਫਿਰ ਉਨੀ ਦੇਰ ਤੁਸੀਂ ਕਾਰੋਬਾਰ 'ਤੇ ਨਹੀਂ ਜਾਣਾ ਉਹ ਕਹਿੰਦੇ ਜੇ 6 ਮਹੀਨੇ ਅਸੀਂ ਜਾਂ ਪੰਜਾਬ ਨਾ ਇੰਡੀਆ ਨਾ ਜਾ ਸਕੀਏ ਅਤੇ 6 ਮਹੀਨੇ ਅਸੀਂ ਕੰਮ ਕਾਰ ਬੰਦ ਕਰ ਦੇਈਏ ਅਤੇ ਬ੍ਰਹਮਣਿਜ਼ਮ ਹੈ ਕਿਸ ਢੰਗ ਨਾਲ ਸਾਡੇ 'ਤੇ ਬੜਿਆ ਜਾ ਰਿਹਾ ਹੈ ਜੇ ਅਸੀਂ ਨਿਕਲਣ ਦੀ ਕੋਈ ਗੁਰਬਾਣੀ ਵਿੱਚ ਆਉਣ ਜੁੜਨੇ ਹਾਂ ਅਤੇ ਇਹਨਾਂ ਚੀਜ਼ਾਂ ਤੋਂ ਨਿਕਲਦੇ ਹਾਂ ਅਤੇ ਫਿਰ ਸਾਡੇ 'ਤੇ ਸਾਡੇ ਭੇਸ ਵਿੱਚ ਉਹ ਲੋਕ ਖੜ੍ਹੇ ਕਰ ਦਿੱਤੇ ਗਏ ਨੇ ਉਹ ਸੰਪਰਦਾਵਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਨੇ ਪਰ ਮੈਂ ਤਾਂ ਇਸ ਲਈ ਕਹਿੰਦਾ ਹੁਣ ਤਾਂ ਯੁੱਗ ਹੈ ਪੜ੍ਹਨ ਦਾ ਹੁਣ ਤਾਂ ਤੁਹਾਡੇ ਕੋਲ ਇੰਟਰਨੈੱਟ ਨੇ ਹੁਣ ਤਾਂ ਤੁਹਾਡੇ ਕੋਲ ਸਾਰਾ ਕੁਝ ਨੈੱਟਵਰਕ ਸਭ ਕੁਝ ਮੌਜੂਦ ਹੈ ਉੱਥੋਂ ਸਭ ਕੁਝ ਮਿਲਦਾ ਜੇ ਅਜੇ ਵੀ ਅਸੀਂ ਬ੍ਰਹਮਨਿਜ਼ਮ ਦੇ ਫੰਦੇ ਤੋਂ ਬਾਹਰ ਨਾ ਨਿਕਲ ਸਕੇ ਤਾਂ ਕਦੋਂ ਨਿਕਲਾਂਗੇ ਸਾਨੂੰ ਜ਼ਰੂਰਤ ਹੈ ਉਹ ਚੀਜ਼ਾਂ ਸਾਡਾ ਪਿੱਛਾ ਨਹੀਂ ਛੱਡ ਰਹੀਆਂ ਅਤੇ ਕਿਵੇਂ 70-80 ਸਾਲ ਵਿੱਚ ਸਾਨੂੰ ਫਸਾ ਦਿੱਤਾ ਗਿਆ ਨਿਤਨੇਮ ਅਰਦਾਸ ਅਤੇ ਅੰਮ੍ਰਿਤ ਵਿੱਚ ਪਾ ਕੇ ਤਾਂ ਕਿ ਉਹ ਲਫਜ਼ ਜਿਹੜੇ ਨੇ ਉਹ ਉੱਥੇ ਪਾਓ ਜਿੱਥੋਂ ਇਹ ਛੱਡ ਨਾ ਸਕਣ ਅਤੇ 60-70 ਸਾਲ ਬਾਅਦ ਅਸੀਂ ਕਹਿਣ ਜੋਗੇ ਬਣੀਏ ਲੈ ਜੇ ਆਹ ਚੀਜ਼ ਛੱਡੀ ਤਾਂ ਸਾਡਾ ਅੰਮ੍ਰਿਤ ਗਿਆ ਆਹ ਚੀਜ਼ ਛੱਡੀ ਤਾਂ ਸਾਡਾ ਨਿਤਨੇਮ ਗਿਆ ਇਹਨਾਂ ਕੋਲ ਕੋਈ ਪੁੱਛੋ ਵੀ ਗੁਰੂ ਦਸਮ ਪਾਤਸ਼ਾਹ ਜੀ ਨੇ ਜਿਹਨੇ ਅੰਮ੍ਰਿਤ ਦੀ ਦਾਤ ਝੋਲੀ ਪਾਈ ਉਹਨੇ ਵੀ ਕੋਈ ਆਪਣੀ ਹੱਥੀ ਲਿਖ ਕੇ ਆਖਿਆ ਨਹੀਂ ਆਹ ਚੀਜ਼ ਮੈਂ ਪੜ੍ਹ ਕੇ ਅੰਮ੍ਰਿਤ ਛਕਾਇਆ ਅਤੇ ਇਹਨੂੰ ਛੱਡੋਗੇ ਤੁਹਾਡਾ ਅੰਮ੍ਰਿਤ ਟੁੱਟ ਜਾਏਗਾ ਦੱਸੋ ਉਹ ਪੁੱਛੋ ਆਪਣੇ ਜਿਸ ਗ੍ਰੰਥ ਨੂੰ ਤੁਸੀਂ ਦਸਮ ਪਾਤਸ਼ਾਹ ਦਾ ਕਹਿੰਦੇ ਹੋ ਉਹਦੇ ਵਿੱਚ ਤਾਂ ਉਹਨੇ ਅੰਮ੍ਰਿਤ ਦਾ ਜ਼ਿਕਰ ਹੀ ਨਹੀਂ ਕੀਤਾ ਹੈ ਹੀ ਨਹੀਂ ਅੰਮ੍ਰਿਤ ਦਾ ਨਾਮ ਉਹਦੇ 'ਚ ਰਾਮ ਕ੍ਰਿਸ਼ਨ ਤੱਕ ਦੀ ਕਈ ਯੁੱਗ ਪਿਛਲੀਆਂ ਕਹਾਣੀਆਂ 'ਤੇ ਮੌਜੂਦ ਨੇ ਦੇਵੀ ਦੇਵਤੇ ਜਿਹੜੇ ਅਣਹੋਂਦ ਵਿੱਚ ਨੇ ਕਿਸੇ ਦੁਰਗਾ ਦਾ ਕਿਸੇ ਮਹਾਂਕਾਲ ਦੀਆਂ ਉਹ ਤਾਂ ਲੰਬੀਆਂ ਲੰਬੀਆਂ ਕਹਾਣੀਆਂ ਮੌਜੂਦ ਨੇ 550 ਦੇ ਕਰੀਬ ਸਫ਼ਾ ਜਿਹੜਾ ਤ੍ਰਿਆ ਚਰਿੱਤਰ ਦਾ ਚਰਿੱਤਰ ਉਪਖਿਆਨ ਦੀਆਂ ਝੂਠੀਆਂ ਅਤੇ ਬੇਮਤਲਬ ਅਸ਼ਲੀਲ ਕਹਾਣੀਆਂ ਨਾਲ ਤਾਂ ਭਰਿਆ ਪਿਆ ਪਰ ਉਹ ਸਾਰੇ ਗ੍ਰੰਥ ਵਿੱਚ ਹੁਣ ਹੀ ਸਵਾਲ ਖੜ੍ਹਾ ਹੋਇਆ ਸੀ ਉਸ ਸਾਰੇ ਗ੍ਰੰਥ ਵਿੱਚ ਜਿੱਥੇ ਇੰਨਾ ਕੁਝ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾ ਤਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਨਾ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਨਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਕੋਈ ਜ਼ਿਕਰ ਨਹੀਂ ਕਿਸੇ ਐਨੇ ਸਿੰਘ ਸ਼ਹੀਦ ਹੋਏ ਮਤੀ ਦਾਸ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਹਨਾਂ ਦਾ ਕੋਈ ਸ਼ਹੀਦ ਕਿਸੇ ਗੱਲ ਦਾ ਜ਼ਿਕਰ ਕਿ ਗੁਰੂ ਸਾਹਿਬ ਇਹ ਸਭ ਕੁਝ ਭੁੱਲ ਗਏ ਅਤੇ ਦੇਵੀ ਦੇਵਤਿਆਂ ਅਤੇ ਤ੍ਰਿਚਿਤਰਾਂ ਦੀ ਕਹਾਣੀਆਂ ਲਿਖਣੀ ਸ਼ੁਰੂ ਕਰ ਦਿੱਤੀਆਂ ਪਤਾ ਕਿਉਂ ਸਭ ਕੁਝ ਪਾਇਆ ਕੇਵਲ ਅਤੇ ਕੇਵਲ ਸਿੱਖੀ ਗੁਰਮਤ ਦੇ ਸਿਧਾਂਤ ਦੀ ਗੋਦੀ ਵਿੱਚ ਪਲ ਕੇ ਅੱਗੇ ਨਾ ਵੱਧ ਸਕੇ ਇਹਨੂੰ ਸਮਝ ਲਓ
ਮੈਂ ਨਹੀਂ ਕਹਿੰਦਾ ਮੇਰੀ ਗੱਲ ਮੰਨੋ, ਪੜ੍ਹੋ ਸਮਝ ਲਓ ਕਿ ਸਾਡੇ ਨਾਲ ਕੀ ਹੋਇਆ, ਅਤੇ ਜੇ ਸਮਝ ਕੇ ਵੀ ਅਸੀਂ ਅੱਖਾਂ ਬੰਦ ਕੇ ਤੁਰੇ ਜਾਈਏ ਤਾਂ ਫਿਰ ਭਾਇਓ ਉਹਨਾਂ ਦੀ ਮਰਜ਼ੀ, ਰੱਬ ਰਾਖਾ ਜਿਹੜੇ ਇਹ ਕਰਨਾ ਚਾਹੁੰਦੇ ਨੇ ਸਾ, ਸਿਰਫ ਮੈਂ ਕਹਿੰਦਾ ਫਿਰ ਵੀ ਤੁਹਾਡੀ ਮਰਜ਼ੀ 'ਤੇ, ਤੁਸੀਂ ਜੋ ਮਰਜ਼ੀ ਪੜ੍ਹੋ, ਪਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ। ਸਾਡਾ ਨਿਤਨੇਮ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਸਾਡਾ ਅੰਮ੍ਰਿਤ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਸਾਡੀ ਅਰਦਾਸ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਮੈਂ ਤੁਹਾਡੇ ਸਾਹਮਣੇ ਹੁਣੇ ਰੱਖਣਾ ਚਾਹੁੰਦਾ, ਆਪ ਸਭ ਕੁਝ ਬਦਲਿਆ ਨਾ, ਇਹਨਾਂ ਦਾ ਧੋਖਾ ਸਾਡੇ ਸਾਹਮਣੇ ਆ ਚੁੱਕਾ ਹੈ। ਸੋ ਆਓ ਆਪਾਂ ਚਾਹੁੰਦੇ ਹਾਂ ਕਿ ਹੁਕਮਨਾਮੇ ਤੋਂ ਬਾਅਦ 2-4-10 ਮਿੰਟ ਟਾਈਮ ਦਿਓ, ਉਹਨਾਂ ਦੇ ਰਿਸੈਪਟ ਕਰ ਰਹੇਗਾ ਤੁਹਾਡੇ ਸਾਹਮਣੇ ਰੱਖ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।